ਜਾਮ ਸਾਡੇ ਕਰਕੇ ਅੱਜ ਪੱਬਾ ਭਾਰ ਹੋਇਆ ਪਿਆ ਆ, ਹਾਈਵੇ ਜਾਮ ਹੋਏ ਪਏ ਆ, ਸਾਰੇ ਘਰ ਭਰਤੀ ਨੌਜਵਾਨ ਵੀਰ ਮੇਰੇ ਇੱਧਰ ਨੂੰ ਚਾਲੇ ਪਾਏ ਆ, ਅਸੀਂ ਕਿਸੇ ਨੇ ਇੱਥੋਂ ਜਾਣਾ ਨੀ, ਜਾਊਗੀਆਂ ਸਾਡੀਆਂ ਲਾਸ਼ਾਂ ਹੀ ਜਾਊਗੀਆਂ ਇੱਥੋਂ, ਅਸੀਂ ਕਿਸੇ ਨੇ ਨੀ ਜਾਣਾ ਇੱਥੋਂ, ਸਾਡੀਆਂ ਪੰਜਾਬ ਨੂੰ ਲਾਸ਼ਾਂ ਹੀ ਜਾਊਗੀਆਂ। ਜੇ ਆਏ ਆ ਸਾਡੇ ਮਾਪਿਆਂ ਨੇ ਘਰਾਂ ਤੋਂ ਸਾਨੂੰ ਤੋਰਿਆ ਆ, ਸਾਡੇ ਕਰਕੇ ਅੱਜ ਆਲ ਵਰਲਡ ਦੇ ਵਿੱਚੋਂ ਸਾਨੂੰ ਫੋਨ ਆਉਂਦੇ ਆ, ਐਨਆਰਏ ਵੀਰ ਕਹਿੰਦੇ ਆ ਫਿਕਰ ਨਾ ਕਰੋ ਅਸੀਂ ਹੈਗੇ ਆ ਤੁਹਾਡੇ ਮਗਰ, ਸਾਡਾ ਪੰਜਾਬ ਮਾਪਿਆਂ ਦੇ ਫੋਨ ਆਉਂਦੇ ਆ, ਜੇ ਪੁੱਤਰੋ ਗਏ ਆ ਨਾ ਹੁਣ ਖਾਲੀ ਹੱਥ ਨਾ ਆਇਓ, ਜਾਂ ਆਇਓ ਵੀ ਨਾ ਚਾਹੇ, ਸਾਨੂੰ ਇੱਥੇ ਤੱਕ ਵੀ ਕਹਿ ਦਿੱਤਾ, ਅਸੀਂ ਕਿਸੇ ਨੇ ਨੀ ਜਾਣਾ, ਸਾਡਾ ਜਿਹੜਾ ਧਰਨਾ ਲੱਗਾ ਉਹ ਇੱਥੇ ਹੀ ਲਗਾ ਰਹਿਣਾ ਆ, ਕਿਉਂਕਿ ਸਰਕਾਰਾਂ ਨੂੰ ਬਿਰਤਾ ਪੈ ਚੁੱਕੀਆਂ ਆ। ਹੁਣ ਹਰਿਆਣੇ ਤੇ ਪੰਜਾਬ ਦੀ ਆਪਾਂ ਗੱਲ ਕਰਦੇ ਆ, ਹਰਿਆਣੇ ਤੇ ਪੰਜਾਬ ਦੀ ਇੰਨਾ ਕਿਉਂ ਜ਼ੋਰ ਆ, ਗੱਲ ਨੂੰ ਸਮਝੋ ਸਿਆਣੇ ਬੈਠੇ ਆ। 1965 ਦੇ ਵਿੱਚ ਹਰੀ ਕ੍ਰਾਂਤੀ ਆਈ ਸੀ, 1965 ਸਾਨੂੰ ਨੋਟ ਕਰ ਲਿਓ, ਉਦਾਂ ਤਾਂ 1960 ਦੇ ਵਿੱਚ ਹੀ ਇਹ ਸ਼ੁਰੂ ਹੋ ਗਈ ਸੀ ਹਰੀ ਕ੍ਰਾਂਤੀ ਆਉਣੀ, ਪਰ ਲਾਲ ਬਹਾਦਰ ਸ਼ਾਸਤਰੀ, ਇਹ ਨਹਿਰੂ ਦੇ ਟਾਈਮ ਸ਼ੁਰੂ ਹੋ ਗਈ ਸੀ, ਪਰ ਲਾਲ ਬਹਾਦਰ ਸ਼ਾਸਤਰੀ ਜਿਹੜੇ ਦੂਜੇ ਸਾਡੇ ਪ੍ਰਧਾਨ ਮੰਤਰੀ ਸੀ, ਉਹਨੇ ਹਾਦਾ ਨਾਰਾ ਜ਼ਿਆਦਾ ਇਹਦੇ ਲਈ ਮਾਰਿਆ। ਕਿਉਂ ਮੇਰੇ ਵੀਰੋ, ਨਾ ਹੁਣ ਗੱਲ ਕਰ ਲੈਂਦੋ, ਮੈਨੂੰ ਪਿੱਛੇ ਰੋਲਾ ਨਾ ਪਾਓ। 1965 ਦੇ ਵਿੱਚ ਪਾਕਿਸਤਾਨ ਨਾਲ ਭਾਰਤ ਦੀ ਜੰਗ ਲੱਗ ਗਈ ਸੀ, ਅਮਰੀਕਾ ਨੇ ਸਾਨੂੰ ਅਨਾਜ ਦੇਣਾ ਬੰਦ ਕਰਤਾ ਸੀ, ਕਿਉਂਕਿ 1965 ਤੱਕ ਅਸੀਂ ਬਾਹਰਲੇ ਦੇਸ਼ਾਂ ਤੋਂ ਕਣਕ ਮੰਗਵਾਉਂਦੇ ਹੁੰਦੇ ਸੀ। ਕੀ ਹੋ ਗਿਆ 1965 ਦੇ ਵਿੱਚ? ਭਾਰਤ ਦੇ ਵਿੱਚ ਕਾਲ ਪੈ ਗਿਆ, ਜਦੋਂ ਕਾਲ ਪੈ ਗਿਆ ਅਸੀਂ ਲੋਕ ਭੁੱਖੇ ਮਰਨ ਲੱਗ ਗਏ, ਉਧਰ ਪਾਕਿਸਤਾਨ ਨਾਲ ਜੰਗ ਲੱਗੀ ਸੀ, ਤੇ ਲਾਲ ਬਹਾਦਰ ਸ਼ਾਸਤਰੀ ਨੇ ਉਦੋਂ ਕਿਹਾ ਸੀ ਜੈ ਜਵਾਨ ਜੈ ਕਿਸਾਨ, ਜਿਹੜਾ ਆਪਾਂ ਨਾਰਾ ਲਾਉਂਦੇ ਆ ਨਾ ਜੈ ਜਵਾਨ ਜੈ ਕਿਸਾਨ, ਇਹ ਉਦੋਂ ਨਾਰਾ ਲੱਗਾ ਸੀ 1965 ਦੇ ਵਿੱਚ। ਜੈ ਜਵਾਨ ਦਾ ਮਤਲਬ ਸੀ ਜਵਾਨ ਸਾਨੂੰ ਬਾਰਡਰਾਂ ਤੇ ਵਿਚਾਰ ਰਹੇ ਆ। ਹੁਣ ਇਹਦੇ ਨਾਰੇ ਦਾ ਮੈਂ ਮਤਲਬ ਅਰਥ ਕਰਕੇ ਦੱਸਦਾ ਕਿ ਜਿਹੜੇ ਜਵਾਨ ਆ ਉਹ ਸਾਨੂੰ ਬਾਰਡਰਾਂ ਤੇ ਵਿਚਾਰ ਰਹੇ ਆ, ਤੇ ਜਿਹੜੇ ਕਿਸਾਨ ਆ ਹੁਣ ਕਿਸਾਨੋ ਤੁਸੀਂ ਜਿਹੜੀ ਗਰਾਊਂਡ ਲੈਵਲ ਤੇ ਲੜਾਈ ਆ ਤੁਸੀਂ ਲੜਨੀ ਆ, ਬਾਰਡਰਾਂ ਤੇ ਤਾਂ ਕਿਸਾਨ ਜਵਾਨ ਲੜ ਰਹੇ ਆ, ਤੇ ਕਿਸਾਨ ਤੁਸੀਂ ਵੀਰੋ ਅੰਨ ਪੈਦਾ ਕਰੋ, ਇਹ ਦੋਨਾਂ ਦੇ ਉੱਤੇ ਹੀ ਦੇਸ਼ ਵਚਣਾ। ਇਸ ਕਰਕੇ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ। ਹੁਣ